ਬੀਜੇਪੀ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਅਤੇ ਨਾ ਕਿਸੇ ਨੂੰ ਡਰਾਉਂਦੇ ਨੇ। ਸਾਡੇ ਮੇਅਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ, ਕਾਂਗਰਸ ਪਾਰਟੀ ਆਪਣੇ ਮੇਅਰ ਦੇ ਨਾਲ ਪੂਰੀ ਖੜ੍ਹੀ ਆ। ਔਰ ਸਾਡਾ ਮੇਅਰ ਇਹੋ ਜਿਹਾ ਜਿਹਨੇ ਬਟਾਲੇ ਦੀ ਸੇਵਾ ਕੀਤੀ, ਬਟਾਲੇ ਦੀ ਨੁਹਾਰ ਬਦਲੀ, ਔਰ ਇੱਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ, ਮੈਂ ਬਹੁਤ ਹੈਰਾਨ ਹੋਇਆ ਕਿ 25% ਲੈਸ 'ਤੇ ਟੈਂਡਰ ਹੁੰਦੇ ਰਹੇ ਨੇ, ਅਬਾਊਟ ਕੋਈ ਟੈਂਡਰ ਨਹੀਂ ਹੋਇਆ। ਤਾਂ ਇਹ ਜਿਹੜੇ ਬੁਖਲਾੜ 'ਚ ਆ ਗਏ ਨੇ, ਕੱਲ੍ਹ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਇਹਨਾਂ ਨੇ ਬੀਜੇਪੀ ਦੀਆਂ, ਅਤੇ ਸ਼ਾਮ ਨੂੰ ਸਾਡੇ ਮੇਅਰ ਦੇ ਘਰ ਦੇ ਉੱਤੇ ਸਵੇਰੇ ਹੀ ਰੇਡ ਕਰ ਦਿੱਤਾ। ਇਹ ਨਾਦਰਸ਼ਾਹੀ ਹੁਕਮ ਇਹ ਕਦੀ ਨਹੀਂ ਚੱਲਣਗੇ। ਤੁਸੀਂ ਸੁਣਿਆ ਹੋਣਾ ਕਿ ਜਦੋਂ ਅਕਬਰ ਜਾਣ ਲੱਗਾ, ਸਿਕੰਦਰ ਜਾਣ ਲੱਗਾ ਸੀ, ਕਹਿੰਦਾ ਮੇਰੇ ਪੈਰ ਵੀ ਨੰਗੇ ਕਰ ਦਿਉ, ਮੇਰੇ ਹੱਥ ਵੀ ਨੰਗੇ ਕਰ ਦਿਉ, ਕਿ ਮੈਂ ਆਪਣੇ ਪੈਰਾਂ 'ਤੇ ਚੱਲ ਕੇ ਜਾ ਨਹੀਂ ਜਾ ਰਿਹਾ ਅਤੇ ਮੇਰੇ ਹੱਥ ਵੀ ਖਾਲੀ ਨੇ। ਮੇਰੇ ਬੀਜੇਪੀ ਵਾਲਿਓ, ਇਹ ਤੁਹਾਡੀਆਂ ਕਾਨੂੰਨੀਆਂ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰਾਂ ਨੂੰ ਦੱਸਣਾ ਚਾਹੁੰਦਾ। ਜੇ ਮੈਂ ਰਾਜਸਥਾਨ 'ਚ ਸੀ, ਮੇਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ, ਅਤੇ ਜਿਸ ਵੇਲੇ ਮੈਂ ਉੱਥੇ ਬੋਲਿਆ, ਮੈਂ ਕਿਹਾ ਪ੍ਰਧਾਨ ਜੀ ਅੱਜ ਇਹ ਹੋ ਗਿਆ, ਤੁਸੀਂ ਜਿੱਥੇ 5,000 'ਤੇ ਜਿੱਤਣਾ ਸੀ ਅੱਜ ਤੁਸੀਂ 25,000 'ਤੇ ਜਿੱਤੋਗੇ ਅਤੇ 28,000 'ਤੇ ਜਿੱਤੀਏ, ਉਹ ਨਿਕਲਿਆ। ਇਹ ਤੋਂ ਬਟਾਲੇ ਦੇ ਵਿੱਚ ਇਹੋ ਜਿਹੇ ਕਰਨਗੇ, ਬਟਾਲੇ ਦੇ ਵਿੱਚ ਇਹੋ ਜਿਹੀ ਹਿੰਦੂ ਸਿੱਖ ਭਾਈਚਾਰਕ ਸਾਂਝ ਆ। ਜਿਸ ਵੇਲੇ ਅਕਾਲੀਆਂ ਨੇ ਬਟਾਲੇ ਦਾ ਘਰਾਓ ਕੀਤਾ ਸੀ, ਇੱਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ, ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ, ਉਸ ਵੇਲੇ ਭਾਈਚਾਰਕ ਸਾਂਝ ਨਹੀਂ ਟੁੱਟੀ। ਅਤੇ ਅੱਜ ਵੀ ਸਾਰਾ ਬਟਾਲਾ ਨਹੀਂ, ਪੂਰਾ ਗੁਰਦਾਸਪੁਰ ਡਿਸਟ੍ਰਿਕਟ ਅਸੀਂ ਆਪਣੇ ਭਰਾ ਆਪਣੇ ਮੇਅਰ ਦੇ ਪਿੱਛੇ ਖੜ੍ਹੇ ਹਾਂ, ਇਹਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਸਾਰੇ ਹੀ MC ਵੀ ਇਹਨਾਂ ਆਮ ਆਦਮੀ ਪਾਰਟੀ ਨੇ ਟਿੱਲ ਲਾ ਲਿਆ, ਇੱਥੋਂ ਦਾ MLA ਟਿੱਲ ਲਾ ਲਿਆ, ਪਰ ਇਹਨਾਂ 'ਚੋਂ ਇੱਕ ਬੰਦਾ ਉਹ ਤੋੜ ਨਹੀਂ ਸਕੇ ਅਤੇ ਨਾ ਬਟਾਲੇ ਦੀ ਡਿਵੈਲਪਮੈਂਟ ਰੋਕ ਸਕੇ। ਹਾਂ ਇਹ ਜ਼ਰੂਰ ਆ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਆ, ਬਟਾਲੇ ਦੇ ਵਿੱਚ 1 ਰੁਪਈਆ ਨਹੀਂ ਆਇਆ, ਉਲਟੇ ਲੋਕਾਂ ਕੋਲੋਂ ਜਿਹੜੇ ਇੱਥੇ ਪਏ ਸੀ ਇਹਨਾਂ ਕੋਲ ਪੈਸੇ ਕਮੇਟੀ 'ਚ ਜਾਂ ਕਾਰਪੋਰੇਸ਼ਨ 'ਚ, ਉਹਨੂੰ ਵਾਪਸ ਲੈ ਲਏ। ਅਤੇ ਆਹ ਜਿਹੜੀ ED ਆ ਇਨਕਮ ਟੈਕਸ, ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ, ਕਿਸੇ ਦੇ ਤੋਤੇ ਨਾ ਬਣੋ। ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜ੍ਹੇ ਹਾਂ, ਅਸੀਂ ਤੇਜੇ ਦੇ ਨਾਲ ਖੜ੍ਹੇ ਹਾਂ, ਤੇਜੇ ਦੇ ਚੱਟਾਨ ਵਾਂਗ ਖੜ੍ਹੇ ਹਾਂ, ਉਹਦੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਇਹ ਅਸੀਂ ਇਸ ਕਰਕੇ ਇਨਕਮ ਟੈਕਸ ਦੀ ਰੇਟ ਆ, ਕੋਈ ਨਹੀਂ ਇੱਥੇ ਸਾਰੀਆਂ ਹੀ ਆਉਣਗੀਆਂ, ਲੋਥਰਾ ਤੇਰੇ ਘਰ ਵੀ ਆ ਸਕਦੀ ਆ, ਤੂੰ ਬਹੁਤੇ ਸਵਾਲ ਨਾ ਕਰੀ ਅੱਜ। ਮੈਨੂੰ ਨਹੀਂ ਸਰਵਣ, ਇਹ ਤੁਹਾਨੂੰ ਮੈਂ ਪੱਤਰਕਾਰ ਨੂੰ ਕਹਿਣ ਦਿਓ, ਤੁਹਾਡੇ ਛੋਟੇ ਚੈਨਲ ਨੇ ਅਤੇ ਤੁਸੀਂ ਹਿਸਾਬ ਕਿਤਾਬ ਨਾਲ ਚੱਲੋ, ਤੁਹਾਡੇ ਵੀ ED ਤੁਰ ਪੈਣੀ ਜੇ, ਅਤੇ ਤੁਹਾਡੇ ਤੋਂ ਲੱਭਣਾ ਹੀ ਕੱਖ ਨਹੀਂ, ਠੀਕ ਨਹੀਂ। ਵੇਖੋ ਇਹ ਮੇਰੇ ਖਿਆਲ ਕਿ 7 ਥਾਂ ਚਾਹੀਦੀ, ਜਿਹੜੇ ਗੈਂਗਸਟਰ ਬਟਾਲੇ ਦੇ ਵਿੱਚ ਐਕਸਟੋਰਸ਼ਨ ਕਰਕੇ ਲੈ ਕੇ ਗਏ, ਤੁਸੀਂ ਬੋਲੋ ਨਾ ਬੋਲੋ, ਇਹ ਪਿਛਲੇ ਮੇਰੇ ਨਾ ਬੋਲਣ, ਹਰ ਆਦਮੀ ਨੇ ਉਹਨਾਂ ਨੂੰ ਗੈਂਗਸਟਰਾਂ ਨੂੰ ਪੈਸੇ ਦਿੱਤੇ। ਕੀ ਗੱਲ ਪੰਜਾਬ ਪੁਲਿਸ ਅਤੇ ਗਵਰਨਮੈਂਟ ਆਫ ਇੰਡੀਆ ਦੀ NIA ਜਾਂ ਦੂਸਰੀਆਂ ਜਿਹੜੀਆਂ ਏਜੰਸੀਜ਼ ਨੇ, ਉਹਨਾਂ ਨੇ 1 ਵਾਰੀ ਬਟਾਲੇ ਦੇ ਵਿੱਚ ਕਿਸੇ ਨਾਲ ਰਾਬਤਾ ਕਾਇਮ ਨਹੀਂ ਕੀਤਾ। ਇਹ ਇਹਨਾਂ ਦੀ ਦੇਣ ਹੈ, ਕਰਪਸ਼ਨ ਦੀ ਜਿਹੜੀ ਜਨਮਦਾਤਾ ਉਹ BJP ਆ, ਅਤੇ ਨਾਲ ਉਹਨਾਂ ਦੇ ਖੜੀ ਹੋ ਗਈ ਉਹਨਾਂ ਦੀ BTeam ਆਮ ਆਦਮੀ ਪਾਰਟੀ। ਵੇਖੋ ਜਦੋਂ ਉੱਥੇ ਸਾਹਮਣੇ ਦਿਸੇ ਹੀ ਕੁਛ ਨਹੀਂ,
ਤੇ ਉਹਦੇ ਬਾਅਦ ਫਿਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਘਬਰਾਹਟ ਵੀ ਬੜੀ ਸੁਣਦੀ, ਤੁਹਾਡੇ ਤੋਂ ਮੁੱਖ ਮੰਤਰੀ ਹੋ ਕੇ ਗਿਆ ਯਾਰ। ਮੁੱਖ ਮੰਤਰੀ ਜਿਹੜਾ ਕਹਿੰਦਾ ਮੇਰੇ ਪਿੱਛੇ ਦੁਨੀਆ, ਬੰਦਾ 400 ਇਕੱਠਾ ਨਾ ਹੋਏ ਤੇ ਲੱਤਾਂ ਤੇ ਕੰਬਣਗੀਆਂ। ਤੇ ਫਿਰ ਉਹਨੇ ਆਪਣੇ ਆਕਾਂ ਨੂੰ ਕਹਿਣਾ ਕਿ ਕਰੋ ਜੀ ਕੁਛ, ਬਟਾਲਾ ਤੇ ਮਾਂਜਿਆ ਗਿਆ ਜੇ, ਨਾ ਤੁਹਾਨੂੰ ਜਾਣਾ ਨਾ ਸਾਨੂੰ ਆਉਣਾ ਬਟਾਲੇ ਵਾਲਿਓ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਤੁਹਾਡੇ ਮੇਹਰ ਦੀ ਪੱਗ ਨੂੰ ਹੱਥ ਪਾਇਆ, ਇਹ ਹੁਣ ਪੱਗ ਦਾ ਬਦਲਾ ਤੁਸੀਂ ਲੈਣਾ। ਵਜ੍ਹਾ ਜੇ ਪਤਾ ਨਹੀਂ ਤੁਹਾਨੂੰ, ਪ੍ਰਾਈਮ ਮਿਨਿਸਟਰ ਦੇ ਕੱਲ੍ਹ ਕਿੰਨੀ ਦੂਰੀ ਗਏ, ਤੁਸੀਂ ਇੱਥੇ ਹੀ ਖੜੇ ਰਹੇ ਹੋ ਤੇ ਡਰਾਉਣ ਦੇ, ਇਹ ਡਰ ਲੱਗੇ ਨੇ ਬਟਾਲੇ 'ਚ ਬੱਸਾਂ ਖਾਲੀ ਗਈਆਂ, ਇਹ ਡਰ ਲੱਗੇ ਨੇ। ਤੁਸੀਂ ਮੈਨੂੰ ਦੱਸੋ, ਇਹ ਨਾ ਡਰੇ, ਨਾ ਡਰ ਨੇ ਇਹ ਕਿੱਥੋਂ ਦੇ MLA ਕੋਲੋਂ, ਅਤੇ ਨਾ ਡਰ ਨੇ ਇਹ ਮੁੱਖ ਮੰਤਰੀ ਕੋਲੋਂ, ਅਤੇ ਨਾ ਡਰ ਨੇ ਪ੍ਰਧਾਨ ਮੰਤਰੀ ਕੋਲੋਂ। ਇਹ ਤਾਂ ਅੱਤਵਾਦ 'ਚ ਨਹੀਂ ਡਰੇ, ਹੁਣ ਕਿੱਥੋਂ ਡਰ ਜਾਣਗੇ। ਇਹ 71 ਦੀ ਲੜਾਈ 'ਚ ਨਹੀਂ ਲੜੇ ਡਰੇ, ਇਹ 65 ਦੀ ਲੜਾਈ 'ਚ ਬਟਾਲਾ ਨਹੀਂ ਡਰਿਆ ਜਦੋਂ ਇੱਥੇ ਬੰਬ ਡਿੱਗੇ ਸੀ। ਇਹ ਨਾ ਡਰੇ ਮੋਦੀ ਸਾਹਿਬ, ਹੋਰ ਕਿਤੇ ਜਾ ਕੇ ਵੇਖੋ ਕੋਈ ਡਰ ਜੂ। ਕਾਂਗਰਸੀ ਪੰਜਾਬ ਦਾ ਨਹੀਂ ਡਰੂ, ਜਿਹੜੇ ਡਰਨ ਵਾਲੇ ਸੀ ਉਹ ਤੇਰੇ ਨਾਲ ਚਲੇ ਗਏ, ਜਿਹੜੇ ਖੜੇ ਅਸੀਂ ਆ ਚਟਾਨ ਵਾਂਗ ਖੜੇ ਹਾਂ, ED ਛੱਡ ਕੇ ਭਾਵੇਂ ਜਿਹੜਾ ਮਰਜ਼ੀ ਲੈ ਆ, ਸਾਡੇ ਵਰਕਰ ਕਦੇ ਨਹੀਂ ਝੁਕਣਗੇ ਤੇਰੇ। ਇਹਦੇ ਆਪਣਾ ਇਹਦਾ ਕੋਈ ਫਿਰ ਉਹਦੀ ਬੁਖਲਾੜਤਾ ਹੀ ਆ ਨਾ, ਇਹਦਾ ਮਤਲਬ ਹਾਰ ਰਿਹਾ। ਮੈਂ ਨਹੀਂ ਕਹਿ ਰਿਹਾ ਕਿ BJP ਵੰਡ ਰਹੀ ਆ, ਮੈਂ ਕਹਿ ਰਿਹਾ ਅਸੀਂ ਜਿੱਤਾਂਗੇ ਤੇ ਜੋ ਮਰਜ਼ੀ ਕੋਈ ਕਰ ਲੇ। ਮੁੱਖ ਮੰਤਰੀ ਮੈਂ ਪੁੱਛਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਅੱਗ ਤੇ ਤੁਹਾਡੇ ਲੱਗੀ ਰਹਿੰਦੀ ਆ, ਸਿਰ 'ਚ ਪਾਣੀ ਜੂਠਾ ਪਾਉਂਦੇ ਫਿਰਦੇ ਹੋ, ਅਤੇ ਇਹ ਸ਼ਰਾਬ ਇੱਥੇ ਵੰਡਦੇ ਹੋ ਬਟਾਲੇ 'ਚ, ਸ਼ਰਾਬ ਨਹੀਂ ਅਤੇ ਜਿਹੜੀ ਵੰਡੀ ਜਾ ਰਹੀ ਆ। ਅਤੇ ਤੂੰ ਐਕਸਾਈਜ਼ ਮਿਨਿਸਟਰ ਵੀ ਆ, ਤੂੰ ਚੀਫ ਮਿਨਿਸਟਰ ਵੀ ਆ, ਤੂੰ ਜੇਲ੍ਹ ਮਿਨਿਸਟਰ ਵੀ ਆ, ਅਤੇ ਤੂੰ ਹੋਮ ਮਿਨਿਸਟਰ ਆ, ਕਰ ਰੇਡ ਜਿਹੜਾ ਵੰਡ ਰਿਹਾ ਅਤੇ ਫੜ ਕੇ ਅੰਦਰ ਦੇ। ਮੈਂ ਇਹ ਤਾਂ ਤੁਸੀਂ ਪੁੱਛਿਆ ਨਹੀਂ ਭਗਵੰਤ ਮਾਨ ਨੂੰ, ਪੁੱਛਿਆ ਕਿਉਂ ਨਹੀਂ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਜਿੱਥੇ ਜਿੱਥੇ CM ਦੀ ਰੈਲੀ ਹੋ ਰਹੀ ਆ ਉੱਥੇ ਦੋ ਮੁੰਡੇ ਮਰੇ ਆ ਨਾ, ਤੇ ਫਿਰ ਉਹ ਤੇ ਉਹਨੂੰ ਪੁੱਛਣਾ ਸੀ ਕਿ ਆ ਤੇਰੇ ਕਿਉਂ ਨਸ਼ੇ ਨਾਲ ਮਰ ਗਏ ਨੇ, ਹੈ ਨਹੀਂ ਤੇ ਫਿਰ ਯਾਰ ਸਾਡੇ ਨਾਲ ਹੀ ਤੁਸੀਂ ਪੰਗਾ ਲੈਂਦੇ ਰਹਿੰਦੇ ਹੋ। ਉਹ ਤੁਹਾਨੂੰ ਪੁਲਿਸ ਡੰਡੇ ਮਾਰ ਕੇ ਪਿੱਛੇ ਕਰ ਦਿੰਦੀ ਆ, ਕਰਦੀ ਹੈ ਕਿ ਨਹੀਂ ਤੁਹਾਨੂੰ ਨੇੜੇ ਲੱਗਣ ਦਾ ਟੀਕਾ ਵਿੱਚ, ਅਤੇ ਉੱਥੇ ਮੁੱਖ ਮੰਤਰੀ ਦੀ ਸਟੇਜ ਦੇ ਨਾਲ ਬੰਦਾ ਮਰਿਆ ਪਿਆ, ਅਤੇ ਇਹਦਾ ਜਵਾਬ ਕੌਣ ਦੇਵੇਗਾ। ਮੇਰੀ ਗੱਲ ਸੁਣ, ਖਤਰਾ ਹੀ ਆ ਤੇ ਤਾਂ ਹੀ ਲੱਤਾਂ ਜਿਹਦੀਆਂ ਲੱਤਾਂ ਕੰਬਦੀਆਂ ਹੋਣ ਅਤੇ ਉਹ ਹੀ ਸਹਾਰਾ ਲੈਂਦਾ, ਅਤੇ ਜਿਹੜਾ ਤਗੜਾ ਹੋਏ ਤਾਂ ਉਹ ਤਾਂ ਇੱਦਾਂ ਖਲੋਂਦਾ ਹੀ। ਮੇਰੀ ਇੱਕ ਮਿੰਟ ਸੁਣ ਲਓ, ਮੈਂ ਵਾਹਿਗੁਰੂ ਤੋਂ ਡਰਦਾ, ਮੈਂ ਇੰਨਾ ਕਿਸੇ ਕੋਲੋਂ ਨਹੀਂ ਡਰਦਾ। ਇੱਕ ਹੋਰ ਸੁਣ ਲਓ, ਇਹ ਜਿਹੜਾ ਬਟਾਲਾ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਵੀ ਰਿਹਾ, ਇਹ ਰਾਜਧਾਨੀ ਬਹਾਲ ਕੀਤੀ ਅਤੇ ਤੇਜੇ ਨੇ ਕੀਤੀ ਅਤੇ ਤ੍ਰਿਪਤ ਬਾਜਵੇ ਨੇ ਕੀਤੀ ਜਿਹੜੀ ਨੁਹਾਰ ਬਦਲੀ। ਆਹ ਜਿਹੜੇ ਅੰਦਰ ਹੋਰ ਸੁਣ ਲਓ, ਮੈਂ ਜਦੋਂ ਉੱਥੇ ਗਿਆ ਸੀਕਰ, ਉੱਥੇ ED ਵਾਲੇ ਬੈਠੇ,
ਪਰ ਸਾਡੇ ਪ੍ਰਧਾਨ ਕੋਲੋਂ ਅੱਧੇ ਘੰਟੇ 'ਚ ਉਹਦੇ ਘਰੋਂ ਕੁਛ ਨਹੀਂ ਮਿਲਿਆ ਅਤੇ ਜਦੋਂ ਚੱਲਣ ਲੱਗੇ ਫਿਰ ਟੈਲੀਫੋਨ ਆਇਆ ਅਤੇ ਰਾਤ 9 ਵਜੇ ਤੱਕ ਬੈਠਣਾ ਅਤੇ ਉੱਥੇ ਜਦੋਂ ਮੈਂ ਪਹੁੰਚਿਆ ਲੋਕ ਕਹਿਣ ਇਹਨਾਂ ਨੂੰ ਅੰਦਰ ਢਾਲੋ, ਮੈਂ ਹੱਥ ਜੋੜ ਕੇ ਦੁਨੀਆ ਮੈਂ ਕਿਹਾ ਓਏ ਅਸੀਂ ਜਿੱਤੇ ਹਾਂ। ਇਹ ਜਿਹੜਾ ਦੁਸ਼ਮਣ ਹੁੰਦਾ ਦੁਸ਼ਮਣ ਬਾਤ ਕਰੇ ਅਣਹੋਣੀ ਅਤੇ ਅੱਜ ਹੁਣਾਉਣੀ ਇਹਨਾਂ ਦੇ ਨਾਲ ਹੀ ਵਰਤਣੀ ਆ ਜਿਹੜੇ ਅੰਦਰ ਬੈਠੇ ਨੇ। ਇਹਨਾਂ ਦੀ ਜਿਹੜੀ ਅੰਤਰ ਆਤਮਾ ਉਹਨੂੰ ਵੀ ਲਾਂਤਾਂ ਪੈਂਦੀਆਂ ਹੋਣੀਆਂ। ਜਦ ਤੁਸੀਂ ਮੈਨੂੰ ਪੱਤਰਕਾਰ ਹੋ ਤੁਸੀਂ ਮੈਨੂੰ ਦੱਸੋ, ਮੇਰ ਸਾਡਾ ਕਿਤੇ ਕਿਸੇ ਨਾਲ ਚੁਆਨੀ ਦਾ ਰਵਾਦਾਰ ਨਹੀਂ, ਨਹੀਂ ਮੈਂ ਸੁਣ ਉੱਥੇ ਢਾਉਣ ਲਈ ਮੋਦੀ ਸਾਹਿਬ ਇਹ ਉੱਤੇ ਪਏ ਵੀ ਰੋਈ ਜਾਂਦੇ ਕਿ ਥੱਲੇ ਉੱਠ ਕੇ ਫਿਰ ਨਾ ਟਾਲੇ। ਹੁਣ ਪਤਾ ਕਿ ਤੇਜਾ ਜਿਹੜਾ ਉਹਦੇ ਤੋਂ ਚਾਲੂ ਹੋ ਗਏ ਨੇ ਕਿ ਇਹ ਉੱਤੇ ਪਏ ਵੀ MLA ਡਰੀ ਜਾਂਦਾ। ਉਹ MLA ਤੂੰ ਆਣ ਕੇ ਮੀਟਿੰਗ 'ਚ ਬਹਿ, ਫੇਸ ਕਰ ਇਹਨਾਂ ਕੌਂਸਲਰਾਂ ਨੂੰ, ਦੱਸ ਤੇਰੀ ਸਰਕਾਰ ਨੇ ਕੀ ਕੀਤਾ। ਅਤੇ ਜੇ ਬਿਨਾਂ ਉਹਦੇ ਤੋਂ ਆਣ ਕੇ ਬਹਿ ਜਾਓਗੇ। ਇੱਕ ਮੈਂ ਤੁਹਾਨੂੰ ਗੱਲ ਕਰਦੀ ਚਾਹੁੰਦਾ ਕਿ ਮੈਂ ਪਹਿਲਾ ਮੇਅਰ ਵੇਖਿਆ ਜਿਹੜਾ ਉਸ ਨੇ ਹੀ ਬਾਜ਼ਾਰ ਕੱਢਿਆ, ਜਿਹੜਾ ਰੇਹੜੀ ਵਾਲਿਆਂ ਨੂੰ ਬਾਈ ਨੇਮ ਤੂੰ ਬਿਲੇ ਕਿਵੇਂ ਆ, ਉਹ ਭਿਲਿਆ ਕਿਵੇਂ ਆ, ਤੂੰ ਉਹ ਰਾਮ ਲਾਲ ਕਿਵੇਂ ਆ। ਇਹ ਪਹਿਲਾ ਮੇਅਰ ਆ ਜਿਹਨੇ ਵੱਡੇ ਦੁਕਾਨਦਾਰਾਂ ਦੇ ਨਾਂ ਜਾਣੇ ਸੀ, ਜਿਹਨੇ ਉਹਨੂੰ ਰੇਹੜੀਆਂ ਵਾਲਿਆਂ ਦੇ ਨਾਂ ਜਾਣ 'ਤੇ ਫਿਰ ਆਮ ਇਹ ਆਦਮੀ ਹੋਇਆ ਕਿ ਉਹ ਜਿਹੜਾ ਕਹਿੰਦਾ ਉਹ ਚਾਚੀ ਉਹ ਆਮ ਆਦਮੀ ਕੀ ਆ। ਸਾਡਾ ਮੇਅਰ ਕੱਬਾ ਨਹੀਂ, ਪਰ ਇਹਦੀ ਰੀੜ੍ਹ ਦੀ ਹੱਡੀ ਜਿਹੜੀ ਹੈ ਪੂਰੀ ਕਾਇਮ ਹੈ, ਚੁੱਕਦਾ ਨਹੀਂ। ਉਹ ਇੱਥੇ ਕਿਹਨੇ ਵੜਨ ਦੇਣਾ, ਟੈਲੀਫੋਨ ਉੱਤੇ ਉਹਦਾ ਬੰਦ ਕੀਤਾ। ਹਾਲਾਤ ਕੀ ਤੇਜਾ, ਪੂਰੇ ਹਾਲਾਤ ਤੁਹਾਨੂੰ ਤੇਜੇ ਨਾ, ਪਰ ਤੇਜਾ ਤਾਂ ਕਦੀ ਡਰਿਆ ਹੀ ਨਹੀਂ। ਇਹੋ ਜਿਹੀਆਂ ਭਾਵੇਂ 15 ਹੋਰ ਟੀਮ ਆ ਜਾਣ, 15 ਦਿਨ ਬੈਠੀਆਂ ਰਹਿਣ, ਉਹ ਫਿਰ ਵੀ ਨਹੀਂ ਡਰ ਲੱਗਾ।